ਠੀਕ ਠਾਕ ਹੋ ਸਾਡੀ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਮਿਹਰਬਾਨੀ ਕਰੋ ਤੇ ਸਾਨੂੰ ਵਾਪਸ ਦੀ ਚੇਤਾ ਹੀ ਭੁੱਲ ਗਿਆ ਨੀ ਛੋਰਾ ਹਾਂਜੀ ਗਾਇਸ, ਆਹ ਮੰਮਾ ਨੇ ਲਿਆ ਨਾਨਾ ਮੰਮੀ ਵਾਸਤੇ ਸੂਟ। ਤੁਸੀਂ ਫਿਰ ਕਮੈਂਟ 'ਚ ਦੱਸਿਓ ਕਿੱਦਾਂ ਦਾ, ਕਿਉਂਕਿ ਨਾਨਾ ਮੰਮੀ ਸਾੜੀ ਤੁਸੀਂ ਦੇਖੀ ਹੋਈ ਆ ਤੇ ਤੁਸੀਂ ਫਿਰ ਸਮੇਂ ਦੱਸਣਾ ਵਾ ਕਿ ਰੰਗ ਉਹਨਾਂ 'ਚ ਜੱਚਦਾ ਵਾ ਕਿ ਨਹੀਂ। ਆਹ ਕਮੀਜ਼ ਵਾ, ਮੈਂ ਤੈਨੂੰ ਹੱਥ ਦਿਖਾਉਂਦੀ ਹਾਂ, ਫੜੋ ਆਹ ਤੇ ਫੜ ਕੁੜੀਏ। ਹੋ ਲੈ ਨੂੰ ਯਾਰ ਤਰੀਕੇ ਇੱਥੇ ਪਕੜ। ਹਾਂਜੀ ਗਾਇਸ, ਚਲੋ ਜੀ, ਆਹ ਫਰੰਟ ਆ, ਠੀਕ ਹੋ ਗਿਆ, ਫਰੰਟ ਤੇ ਆ ਬੈਕ ਹੈ, ਆ ਬੈਕ ਹੈ ਤੇ ਆ ਬਾਜ਼ੂ ਨੇ, ਬਾਜ਼ੂ ਠੀਕ ਹੋ ਗਿਆ ਗਾਇਸ। ਆ ਵਾ ਦੁਪੱਟਾ, ਖੋਲ ਕੇ ਖਾਓ। ਹਾਂਜੀ, ਇੰਨੇ ਪੈਸੇ ਲਾਇਨ ਖੋਲ ਤੇ ਵਿਖਾ ਦੁਨੀਆ ਸੂਟ ਨੂੰ ਵੇਚ ਤੇ ਲੈ ਪਨ ਲੈ ਕਰ। ਹਾਂ ਗਾਇਸ, ਆ ਦੁਪੱਟਾ ਵਾ। ਹੁਣ ਚਲੋ ਮੰਮਾ ਦਾ ਸੂਟ ਤਾਂ ਦਿਖਾਉਂਦੇ। ਮੰਮਾ ਦਾ ਗਾਇਸ ਮੈਨੂੰ ਬਹੁਤ ਸੂਟ ਪਸੰਦ ਆਇਆ, ਮੇਰਾ ਦਿਲ ਆ ਗਿਆ। ਮੰਮਾ ਕਹਿੰਦੀ ਬਸ ਬਸ ਹੁਣ ਤੈਨੂੰ ਜਲਦੀ ਜਲਦੀ ਛਾਪੇ 'ਚ ਪਾ ਦੇ, ਮੈਂ ਦਰਜਨ ਦੇ ਕੇ ਆਉਂਦਾ। ਮੈਂ ਕਿਹਾ ਮੰਮਾ ਮੈਂ ਰੱਖ ਲਾ, ਮੰਮਾ ਕਹਿੰਦੀ ਨਹੀਂ ਤੁਹਾਨੂੰ ਸੀਰੀਅਸ ਤਾਂ ਲੈ ਦਾਂਗੇ। ਮੈਂ ਕਿਹਾ ਚਲੋ ਕੋਈ ਨਹੀਂ ਯਾਰ। ਅੱਛਾ ਗਾਇਸ, ਆਹ ਮੰਮਾ ਦੀ ਸ਼ਲਵਾਰ ਕਲਰ ਬਹੁਤ ਹੀ ਅੱਛਾ, ਤੁਸੀਂ ਵੀ ਕਮੈਂਟ 'ਚ ਦੱਸਣਾ ਵਾ। ਆਹ ਵਾ ਕਮੀਜ਼ ਫੜੋ, ਫਰੰਟ ਸਾਈਡ ਤੁਹਾਡੇ ਲਿਆ ਨਾ, ਦਿਖਾਓ ਬੋਲੋ ਆ ਕਿਹੜੀ ਸਾਈਡ ਆ। ਫਰੰਟ ਵਾਲੀ ਹੈ, ਬੈਕ ਆ ਬੈਕ ਸੈਟ ਹੈ। ਅੱਛਾ ਭੈਣ ਭਾਈਓ, ਇਹ ਬਾਜ਼ੂ ਇਹਨੂੰ ਵੇਖ ਸਕਦੇ ਆ ਸੂਟ ਕੈਸਾ ਸਾਡਾ। ਅਸੀਂ ਸ਼ੋਪਿੰਗ ਕੀਤੀ ਹੈ ਤੇ ਲਾਈਕ ਕਰਿਓ, ਸਬਸਕ੍ਰਾਈਬ ਕਰਿਓ, ਇਹ ਸਾਡੇ ਦੁਪੱਟਾ ਵੇਖੋ ਕੈਸਾ। ਹਾਂਜੀ ਗਾਇਸ, ਦੇਖੋ ਮਾਸ਼ਾ ਬਸ ਜ਼ਬਰਦਸਤ ਮੰਮਾ ਦਾ ਡਰੈਸ ਆ, ਮੈਨੂੰ ਬਹੁਤ ਹੀ ਅੱਛਾ ਲੱਗਾ, ਬਹੁਤ ਹੀ ਜ਼ਿਆਦਾ ਪਸੰਦ ਆਇਆ। ਹੁਣ ਚਲੋ ਗਾਇਸ, ਹੁਣ ਆਹ ਪਤਾ ਨਹੀਂ ਮੰਮਾ ਨੇ ਕਿੰਨੇ ਵਾਸਤੇ ਸੂਟ ਲਿਆ ਵਾ, ਇਹ ਵੀ ਤੁਹਾਨੂੰ ਮੈਂ ਓਪਨ ਕਰਕੇ ਦਿਖਾਉਂਦੀ ਹਾਂ। ਆਹ ਦੇਖੋ ਕੱਪੜਾ, ਇਹ ਵੀ ਅੱਛਾ ਕੱਪੜਾ, ਬਹੁਤ ਅੱਛਾ, ਮੈਂ ਚੈੱਕ ਕਰਕੇ ਦੱਸਦੀ ਹਾਂ ਤੁਹਾਨੂੰ। ਹਾਂਜੀ ਗਾਇਸ, ਕੱਪੜਾ ਬਹੁਤ ਅੱਛਾ ਵਾ ਇਹ ਵੀ, ਤੇ ਆਪੇ ਹੀ ਮੈਨੂੰ ਵੇਖ ਕੇ ਹੱਸੀ ਜਾਂਦੇ ਆ, ਹੱਸੀ ਜਾਂਦੇ ਆ। ਸ਼ਾਦੀਆ ਬੀਬੀ ਨੂੰ
ਸਪੋਰਟ ਕਰੋ ਪੂਰੀ, ਇਹ ਸਾਡੀ ਮਿਹਰਬਾਨੀ ਸਪੋਰਟ ਕਰੇ ਦੀ, ਤੇ ਇਸ ਲਈ ਤੁਸੀਂ ਕਰੋ ਇਹ ਸਾਡੀ ਕਰੇ ਦੀ, ਤੇ ਸਾਨੂੰ ਕੀ ਨਾ ਚੇਤਾ ਬਣ ਜਾਂਦਾ। ਮੇਰੇ ਸਿਰ ਨੂੰ ਬਹੁਤ ਦਰਦ ਹੈ, ਇਸ ਗੱਲ ਬਲੱਡ ਵਧਿਆ ਸੁੱਤੀ ਨਹੀਂ ਆ, ਤੇ ਮਾੜੇ ਬੰਦੇ ਆ, ਸਾਨੂੰ ਸਪੋਰਟ ਕਰੋ ਤੇ ਲਾਈਕ ਕਰੋ। ਹਾਂਜੀ ਗਾਇਆ, ਚਲੋ ਹੁਣ ਆ ਜਾਈਏ ਆਮਨਾ ਦੇ ਕੱਪੜੇ ਤੇ। ਆਮਨਾ ਦਾ ਡਰੈਸ ਠੀਕ ਹੋ ਗਿਆ, ਦੇਖੋ ਬਹੁਤ ਜ਼ਬਰਦਸਤ, ਬਹੁਤ ਹੀ ਅੱਛਾ ਕਲਰ, ਬਹੁਤ ਨਾਈਸ ਆ। ਤੇ ਚਲੋ ਤੁਹਾਨੂੰ ਇੱਕ, ਮੈਂ ਇੱਕ ਬੱਚੀ ਨਾਲ ਮਿਲਾਨੀ ਆ, ਕਲਸੂਮ ਪੱਕੇ ਮੁੰਨੇ ਨਾਲ। ਹਾਂਜੀ ਗਾਇਆ, ਕਲਸੂਮ ਤੇ ਅੱਜ ਆਪਾਂ ਦੇਖੋ ਮਾਸ਼ਾਅੱਲਾ ਕਿੰਨੀ ਪਿਆਰ ਲੱਗਣੀ, ਤੇ ਅੱਜ ਆਪਾਂ ਕਲਸੂਮ ਕਰ ਸੁਣਾਂਗੇ ਕੋਈ ਸੋਹਣਾ ਜਿਹਾ ਗਾਣਾ। ਤੇ ਚਲ ਕਲਸੂਮ ਸਾਨੂੰ ਕੋਈ ਟੈਟ ਜਿਹਾ ਗਾਣਾ ਸੁਣਾ ਦੇ। ਯਾਰ ਮੇਰਾ ਤਿੱਤਲੀਆਂ ਵਗਰਾ ਕਦੀ ਉਸ ਫੁੱਲ ਕਦੀ ਉਸ ਫੁੱਲ, ਯਾਰ ਮੇਰਾ ਤਿੱਤਲੀਆਂ ਵਗਰਾ। ਕੋਈ ਹੋਰ ਨਹੀਂ ਆਉਂਦਾ, ਹੋਰ ਆਉਂਦਾ ਪਿੰਡੀ ਪਿੰਡੀ ਦਾ ਦਿਲਦਾਰ ਪਿੰਡੀ ਦਾ, ਮੇਰੀ ਨੂਮ ਪਿੰਡੀ ਦੀ, ਮੇਰੀ ਊਮ ਪਿੰਡੀ ਦੀ, ਮੇਰੀ ਆਪ ਪਿੰਡੀ ਦੀ, ਮੇਰੀ ਵੰਗ ਪਿੰਡੀ ਦੀ, ਇਹ ਮੇਰੀ ਆਪਣੀ ਸਾਦੀ ਆ। ਇਸ ਕਰੀਏ ਸਪੋਰਟ ਕਿਆ ਕਹਿੰਦੇ, ਲਾਈਕ ਕਰਨਾ, ਸਪੋਰਟ ਕਰਨਾ, ਔਰ ਇਸਨੇ ਹਮੇ ਘਰ ਬਣਾ ਤੇ ਦੇਣਾ, ਇਸਨੇ ਹਮੇ ਘਰ ਬਣਾ ਤੇ ਦੇਣਾ, ਹਮਕੋ ਸਪੋਰਟ ਕਰਨਾ। ਹਾਂਜੀ ਹਾਂਜੀ ਗਾਇਆ, ਬੱਚੀ ਦਾ ਗਾਣਾ ਤੁਸੀਂ ਸੁਣਿਆ ਵਾ, ਤੇ ਮੈਂ ਹੁਣ ਪਤਾ ਕੀ ਸੋਚ ਰਹੀ ਸੀ, ਇਹਨੂੰ ਆਪਾਂ ਨਾ ਥੋੜ੍ਹਾ ਜਿਹਾ ਟ੍ਰੇਨ ਕਰਾਂਗੇ, ਇਹਦੀ ਆਵਾਜ਼ ਥੋੜ੍ਹੀ ਜਿਹੀ ਨਾ ਅੱਛੀ ਅੱਛੀ ਕਰ ਕਰਕੇ ਨਾ, ਜਿੱਦਾਂ ਇੱਕ ਸਿੰਗਰ ਨਹੀਂ ਸਿੰਗਰ ਦੀ ਆਵਾਜ਼ ਆਉਂਦੀ ਨਾ, ਉੱਦਾਂ ਇਹਨੂੰ ਕਰਾ ਕੇ ਇਨਸ਼ਾਲਾ ਫਿਰ ਆਪਾਂ ਇਹਨੂੰ ਸਿੰਗਰ ਬਣਾ ਦਾਂਗੇ। ਤੇ ਆਪਣੀ ਆਮਨਾ ਦੀ ਤਾਂ ਆਵਾਜ਼ ਤੁਸੀਂ ਸੁਣੀ ਹੋਈ, ਆਮਨਾ ਇੱਧਰ ਆ, ਆਮਨਾ ਦਾ ਵੀ ਗਾਣਾ ਸੁਣ ਲਓ। ਤੁਸੀਂ ਕਮੈਂਟ 'ਚ ਦੱਸਣਾ ਵਾ ਆਵਾਜ਼ ਕਿੰਨੀ ਪਿਆਰੀ ਆ, ਫਿਰ ਆਪਾਂ ਜ਼ਿਆਦਾ ਆਉਂਦੇ ਤਾਂ ਤਵੱਜੋ ਕਰਕੇ ਸਿੰਗਰ ਬਣਾ ਦਾਂਗੇ। ਉਹ ਬੱਚੇ ਦੀ ਆਵਾਜ਼ ਮੈਨੂੰ ਬਹੁਤ ਅੱਛੀ ਲੱਗੀ, ਤੇ ਹੁਣ ਤੁਸੀਂ ਕਮੈਂਟ 'ਚ ਦੱਸਣਾ ਉਹ ਬੱਚੇ ਦੀ ਆਵਾਜ਼ ਪਿਆਰੀ ਸੀ ਕਿ ਆਮਨਾ ਦੀ। ਚੱਲ ਆਮਨਾ ਕੋਈ ਵੀ ਸੁਣਾ ਦੇ। ਮੇਰਾ ਯਾਰ ਪਿੰਡੀ ਦਾ ਦਿਲਦਾਰ ਪਿੰਡੀ ਦਾ, ਮੇਰੀ ਧੂਮ ਪਿੰਡੀ ਦੀ, ਮੇਰੀ ਮੈਂ ਵੀ ਆਪ ਪਿੰਡੀ ਦੀ, ਹੋ ਮੇਰਾ ਸ਼ੇਰ ਪਿੰਡੀ ਦਾ, ਹੋ ਮੈਂ ਵੀ ਆਪ ਪਿੰਡੀ ਦੀ, ਹੋ ਮੇਰੀ ਵੰਗ ਪਿੰਡੀ ਦੀ, ਮੈਂ ਵੀ ਆਪ ਪਿੰਡੀ ਦੀ। ਹਾਂਜੀ ਗਾਇਆ, ਤੁਸੀਂ ਸੁਣ ਲਈ ਆਮਨਾ ਦੀ ਆਵਾਜ਼, ਮਾਸ਼ਾਅੱਲਾ ਆਮਨਾ ਦੀ ਆਵਾਜ਼ ਬਹੁਤ ਅੱਛੀ ਹੈ, ਬਹੁਤ ਹੀ ਪਿਆਰੀ ਆ। ਆਮਨਾ ਗਾਇਆ ਸਾਰਿਆਂ ਨੂੰ ਕ੍ਰਾਸ ਕਰ ਜਾਂਦੀ ਹੈ, ਇੰਨੇ ਤੱਕ ਆਮਨਾ ਮੈਨੂੰ ਵੀ ਕ੍ਰਾਸ ਕਰ ਜਾਂਦੀ ਆ। ਤੇ ਹੁਣ ਤੁਸੀਂ ਸਾਨੂੰ ਜਿੰਨਾ ਹੋ ਸਕੇ ਪਲੀਜ਼ 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 ਮੈਨੂੰ ਸਪੋਰਟ ਕਰੋ, ਪਲੀਜ਼ ਪਲੀਜ਼ ਸਬਸਕ੍ਰਾਈਬ ਕਰੋ, ਲਾਈਕ ਕਰੋ, ਜਿੰਨਾ ਹੋ ਸਕੇ ਮੈਂ ਸਪੋਰਟ ਕਰਾਂ, ਕਿਉਂਕਿ ਹੁਣ ਆਪ ਹੀ ਉਹਨੇ ਸਾਰੇ ਸ਼ਾਮਿਲ ਹੋ ਗਏ ਆ। ਤੇ ਅਸੀਂ ਰਲ ਕੇ ਵੀਡੀਓ ਬਣਾਉਂਦੇ ਹਾਂ, ਠੀਕ ਹੋ ਗਏ, ਤੁਹਾਨੂੰ ਮੈਂ ਦੱਸਿਆ ਸੀਗਾ, ਤੇ ਸਾਨੂੰ ਦੋਨਾਂ ਨੂੰ ਸਪੋਰਟ ਕਰੋ। ਹੁਣ ਮੈਂ ਇਕੱਲੀ ਨਹੀਂ ਗੀ, ਬੱਚੇ ਦੀ ਗੱਲ ਵੈਸੇ ਮੈਂ ਤੇ ਕੁਛ ਵੀ ਨੀ ਹੈਗੀ, ਠੀਕ ਹੋ ਗਿਆ ਗਾਇਆ, ਤੁਸੀਂ ਮੈਨੂੰ ਸਪੋਰਟ ਕਰੋ ਕਿ ਮੇਰਾ ਕੀ ਆ, ਬਸ ਇੱਕ ਵੀਡੀਓ ਚ ਬੋਲਣਾ ਹੀ ਹੁੰਦਾ, ਜਿਹੜਾ ਘਰ ਵੀ ਬੋਲੀ ਰੱਖੀ ਦਾ ਵੀ ਉਹ ਵੀ 2 ਮਿੰਟ ਵੀਡੀਓ ਤੇ ਲਾ ਕੇ ਬੋਲ ਲਈਦਾ ਵਾ। ਤੇ ਉਹ ਨਾ ਹੁਣ ਤੁਸੀਂ ਸਪੋਰਟ ਕਰੋਗੇ, ਬੱਚੀ ਦੀ ਜਗ੍ਹਾ ਬਣ ਜਾਏਗੀ, ਆਪਦੀ ਠੀਕ ਹੋ ਗਈ, ਕੱਲ੍ਹ ਫਿਰ ਖੁਦ ਆ ਦੇ ਪੈਰਾਂ 'ਤੇ ਕਾਮਯਾਬ ਹੋ ਜਾਏਗੀ, ਖੜੀ ਹੋ ਜਾਏਗੀ। ਗਾਇਜ਼ ਇਹਨਾਂ ਨਾਲ ਬਹੁਤ ਬਹੁਤ ਜ਼ੁਲਮ ਹੋਏ ਹੋਏ ਆ, ਮੈਂ ਤੁਹਾਨੂੰ ਕੀ ਦੱਸਾਂ ਅਤੇ ਕੀ ਨਹੀਂ। ਇਨਸ਼ਾਅੱਲਾ ਅਗਲੇ ਵਲੋਗ 'ਚ ਐਂਟੀ ਡੀ ਤੁਹਾਨੂੰ ਦੱਸਣਗੇ ਕਿ ਇਹਨਾਂ ਨਾਲ ਕੀ ਜ਼ੁਲਮ ਹੋਏ, ਕਿੰਨੇ ਹੋਏ ਅਤੇ ਕਿੰਨੇ ਨਹੀਂ। ਅੱਛਾ ਖੈਰ, ਅਤੇ ਬੱਚੀ ਦੇਖੋ ਮਾਸ਼ਾਅੱਲਾ ਬਹੁਤ ਪਿਆਰੀ, ਇਹਨੂੰ ਸਕੂਲ ਵੀ ਪੜ੍ਹਾਵਾਂਗੇ ਆਪਾਂ, ਅਤੇ ਜਗ੍ਹਾ ਵੀ ਲਾ ਕੇ ਦੇਵਾਂਗੇ। ਤੇ ਉਹ ਜਿਹੜੀ ਨਿਮਰਾ ਸੀਗੀ, ਤੁਸੀਂ ਕਹੋਗੇ ਕਿ ਸ਼ਾਜੀਆ ਇੱਕ ਨੂੰ ਭਜਾ ਦਿੰਦੀ ਤੇ ਦੂਸਰੇ ਲੈ ਆਉਂਦੀ ਹੈ, ਇਸ ਗੱਲ ਦਾ ਸੋਚਿਆ ਨਿਮਰਾ ਗਈ ਹੋਈ ਆਪਦੀ ਨਾਨੀ ਅੰਮੀ ਘਰ, ਉਹ ਹੁਣ ਪਤਾ ਨਹੀਂ 2 ਮਾਹ ਬਾਅਦ ਆਏ, ਕਹਿੰਦੀ ਈਦ ਮੈਂ ਕਰਕੇ ਆਵਾਂਗੀ। ਮੈਂ ਕਿਹਾ ਚਲੋ ਠੀਕ, ਜਿੱਦਾਂ ਤੇਰੀ ਮਰਜ਼ੀ। ਤੇ ਖੈਰ ਹੁਣ ਕਰਦੇ ਹਾਂ ਵੀਡੀਓ ਦਾ ਐਂਡ,
अगर मेरे प्यारे बहन भैया नो मेरी वीडियो अच्छी लगी हो लाइक कर सब्सक्राइब करता कह रहे हैं वीडियो बस आना मेरे प्यारे बहन भैया तो बोल सके मिलेंगे अगली वीडियो।